ਕਿਸੇ ਦਿਨ ਤਾਂ ਰੋਸ਼ਨ ਹੋਵੇ ਕਿ ਮੇਰੀ ਵੀ ਜ਼ਿੰਦਗੀ। ਹੇ ਪਰਮਾਤਮਾ, ਇੰਤਜ਼ਾਰ ਮੈਨੂੰ ਸਵੇਰ ਦਾ ਨਹੀਂ, ਤੇਰੀ ਰਹਿਮਤ ਦਾ ਹੈ। ਇੱਕ ਬੰਦੇ ਨੇ ਇੱਕ ਫਕੀਰ ਨੂੰ ਸਵਾਲ ਪੁੱਛਿਆ, ਜਸ਼ਨ ਮਨਾਉਣ ਦਾ ਸਭ ਤੋਂ ਚੰਗਾ ਦਿਨ ਕਿਹੜਾ ਹੈ? ਫਕੀਰ ਨੇ ਪਿਆਰ ਨਾਲ ਕਿਹਾ, ਮੌਤ ਤੋਂ ਇੱਕ ਦਿਨ ਪਹਿਲਾਂ। ਬੰਦਾ ਕਹਿੰਦਾ, ਸੁਣਿਆ ਮੌਤ ਦਾ ਕੋਈ ਪਤਾ ਨਹੀਂ ਕਦੋਂ ਆਉਣੀ ਹੈ। ਫਕੀਰ ਨੇ ਹੱਸਦੇ ਹੋਏ ਕਿਹਾ, ਜ਼ਿੰਦਗੀ ਦਾ ਹਰ ਦਿਨ ਆਖਰੀ ਸਮਝੋ ਅਤੇ ਜਿਉਣ ਦਾ ਆਨੰਦ ਲਓ। ਮਰਨਾ ਸੱਚ ਤੇ ਜਿਉਣਾ ਝੂਠ। ਵਾਹਿਗੁਰੂ ਦਾ ਸ਼ੁਕਰ ਕਰੋ ਕਿ ਉਸਨੇ ਇਨਸਾਨ ਬਣਾ ਕੇ ਭੇਜਿਆ ਹੈ। ਉਸ ਦਾ ਨਾਮ ਲੈਂਦੇ ਹੋਏ ਜ਼ਿੰਦਗੀ ਨੂੰ ਜਿਉਣਾ ਸਿੱਖੋ। ਜਿਸ ਨੂੰ ਪਰਮਾਤਮਾ ਤੋਂ ਉਮੀਦ ਹੁੰਦੀ ਹੈ, ਉਹ ਪਰਮਾਤਮਾ ਦੇ ਦਰ ਤੋਂ ਕਦੇ ਖਾਲੀ ਨਹੀਂ ਜਾਂਦਾ। ਖਾਲੀ ਉਹੀ ਜਾਂਦੇ ਹਨ ਜੋ ਪਰਮਾਤਮਾ ਨੂੰ ਛੱਡ ਕੇ ਲੋਕਾਂ ਤੋਂ ਉਮੀਦ ਰੱਖਦੇ ਹਨ। ਉੱਚਾ ਉੱਠ ਤਰਤ ਤੋਂ ਪਿਆਰੇ, ਉਡਾਰੀ ਮਾਰ ਅਸਮਾਨੀ, ਦੁਨੀ ਸੁਹਾਵਾ ਭਾਗ ਹੈ ਚੰਗਾ, ਪਰ ਜੀਵਨ ਹੈ ਫਾਨੀ। ਨਾਮ ਬਿਨਾਂ ਕੋ ਜੀਵਨ ਨਾਹੀਂ, ਅਸਲ ਜੀਵਨ ਹੈ ਰੂਹਾਨੀ। ਸੰਭਲ ਸੰਭਾਲ ਇਸ ਮੌਕੇ ਨੂੰ, ਐਵੇਂ ਨਾ ਬੀਤ ਜਾਏ ਜ਼ਿੰਦਗਾਨੀ, ਐਵੇਂ ਨਾ ਬੀਤ ਜਾਏ ਜ਼ਿੰਦਗਾਨੀ। ਦੀਨ ਦੁਖੀ ਲਈ ਕੋਈ ਇਨਸਾਨ ਤਾਂ ਆਪਣੇ ਘਰ ਦੇ ਬੂਹੇ ਬੰਦ ਕਰ ਸਕਦਾ ਹੈ, ਪਰ ਉਸ ਅਕਾਲ ਪੁਰਖ ਦੇ ਬੂਹੇ ਸਦਾ ਖੁੱਲ੍ਹੇ ਰਹਿੰਦੇ ਹਨ। ਜ਼ਿੰਦਗੀ ਵਿੱਚ ਪਿੱਛੇ ਦੇਖੋਗੇ ਤਾਂ ਤਜ਼ਰਬਾ ਮਿਲੇਗਾ, ਜ਼ਿੰਦਗੀ ਵਿੱਚ ਅੱਗੇ ਦੇਖੋਗੇ ਤਾਂ ਉਮੀਦ ਮਿਲੇਗੀ, ਜੇ ਆਪਣੇ ਅੰਦਰ ਦੇਖੋਗੇ ਤਾਂ ਰੱਬ ਮਿਲੇਗਾ। ਕਿਸੇ ਨੇ ਪੁੱਛਿਆ, ਜਿਹੜਾ ਬਾਹਰ ਜਗ੍ਹਾ ਹੈ ਤਾਂ ਲੋਕ ਮੰਦਰ ਗੁਰਦੁਆਰੇ ਕਿਉਂ ਜਾਂਦੇ ਨੇ? ਤਾਂ ਜਵਾਬ ਦੇਣ ਵਾਲੇ ਨੇ ਬੜਾ ਵਧੀਆ ਦਿੱਤਾ ਕਿ ਹਵਾ ਤਾਂ ਧੁੱਪ ਵਿੱਚ ਵੀ ਚੱਲਦੀ ਹੈ, ਪਰ ਆਨੰਦ ਤਾਂ ਦਰਖਤ ਦੀ ਛਾਂ ਵਿੱਚ ਬਹਿ ਕੇ ਹੀ ਮਿਲਦਾ ਹੈ। ਨਾ ਕਿਸੇ ਦਾ ਖੋਇਆ ਹੋਇਆ ਮਿਲੇ, ਨਾ ਕਿਸੇ ਦਾ ਸੁੱਟਿਆ ਹੋਇਆ ਮਿਲੇ, ਮੈਨੂੰ ਬਸ ਨਸੀਬ 'ਚ ਲਿਖਿਆ ਹੋਇਆ ਮਿਲੇ। ਨਾ ਮਿਲੇ ਇਹ ਵੀ ਕੋਈ ਗੱਲ ਨਹੀਂ, ਮੈਨੂੰ ਬਸ ਮੇਰੀ ਮਿਹਨਤ ਦਾ ਹੀ ਕੀਤਾ ਹੋਇਆ ਮਿਲੇ, ਮੈਨੂੰ ਬਸ ਮੇਰੀ ਮਿਹਨਤ ਦਾ ਹੀ ਕੀਤਾ ਹੋਇਆ ਮਿਲੇ। ਮੇਰਾ ਦਰਦ ਵੀ ਤੂੰ, ਹਮ ਦਰਦ ਵੀ ਤੂੰ, ਮੇਰੀ ਦਵਾ ਵੀ ਤੂੰ, ਮੇਰੀ ਮਰਜ਼ ਵੀ ਤੂੰ, ਮੇਰੀ ਚੁੱਪ ਵੀ ਤੂੰ, ਮੇਰੀ ਗਰਜ਼ ਵੀ ਤੂੰ, ਮੇਰਾ ਹੱਕ ਵੀ ਤੂੰ, ਮੇਰਾ ਫਰਜ਼ ਵੀ ਤੂੰ, ਮੇਰਾ ਰਾਗ ਵੀ ਤੂੰ, ਮੇਰੀ ਤਰਸ ਵੀ ਤੂੰ। ਗਲਤੀਆਂ ਦੀ ਅਸੀਂ ਪੰਡ ਵਰਗੇ, ਸਾਨੂੰ ਬੇਤੁੱਕਿਆਂ ਨੂੰ ਵਰਜ ਵੀ ਤੂੰ, ਸਾਨੂੰ ਬੇਤੁੱਕਿਆਂ ਨੂੰ ਵਰਸ ਵੀ ਤੂੰ। ਮੇਰੇ ਜਿਸ ਬੋਲ ਤੋਂ ਕਿਸੇ ਨੂੰ ਚੋਟ ਪਹੁੰਚੇ, ਮੇਰੇ ਜਿਸ ਕਰਮ ਤੋਂ ਕਿਸੇ ਨੂੰ ਨੁਕਸਾਨ ਪਹੁੰਚੇ, ਬਸ ਇਹੀ ਪਾਪ ਹੈ, ਹੋਰ ਕੁਝ ਨਹੀਂ। ਮੇਰੇ ਜਿਸ ਬੋਲ ਤੋਂ ਜਿਸ ਕਰਮ ਤੋਂ ਕਿਸੇ ਨੂੰ ਮੁਨਾਫਾ ਹੋਵੇ, ਉਹੀ ਪੁੰਨ ਹੈ। ਪੁੰਨ ਪਾਪ ਸਭ ਮਨੁੱਖ ਦੇ ਆਪਣੇ ਹਨ, ਪੁੰਨ ਪਾਪ ਸਭ ਮਨੁੱਖ ਦੇ ਆਪਣੇ ਹਨ।